ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਪੇਪਰ ਦਾਖਲ ਕੀਤੇ ਆ ਉਹਨਾਂ ਦਾ ਮਤਲਬ ਇਹ ਹੈ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਚੋਣ ਲੜ ਰਹੇ ਨੇ ਖਡੂਰ ਸਾਹਿਬ ਤੋਂ, ਸਾਡੇ ਬੜੇ ਸਤਿਕਾਰਯੋਗ ਨੇ, ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਤੇ ਆਜ਼ਾਦ ਦੇ ਮਗਰ ਉਹਨਾਂ ਦੇ ਪਰਿਵਾਰ ਦਾ ਕਹਿੰਦੀ ਕੋਈ ਮੈਂਬਰੀ ਭਰ ਸਕਦਾ ਫਾਰਮ ਜਿਹਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਨੇ ਭਰੇ ਆ। ਔਰ ਉਸ ਤੋਂ ਬਾਅਦ ਜਿਹੜੀ ਸਾਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ ਇਹ ਵਚਨ ਕੀਤਾ ਸੀ ਕਿ ਅਸੀਂ ਪੇਪਰ ਦਾਖਲ ਕਰਾਂਗੇ, ਜਦ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਪੇਪਰ ਅਸੈਪਟ ਹੋ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਵਿਦਡਰਾਅ ਕਰਾਂਗੇ। ਸੋ ਉਸੇ ਹੀ ਗੱਲ ਤੇ ਅੱਜ ਵੀ ਅਸੀਂ ਪ੍ਰਚਾਰ ਹੁਣ ਵੀ ਮੀਟਿੰਗਾਂ ਕਰਕੇ ਆਏ ਆ ਭਾਈ ਸਾਹਿਬ ਦੇ ਹੱਕ ਚ, ਤੇ ਅਸੀਂ ਬਿਲਕੁਲ ਉਹਨਾਂ ਦੇ ਪਾਸ ਹੁੰਦਿਆਂ ਸਾਰੇ ਆਪਣੇ ਵਿਦਡਰਾਅ ਕਰਾਂਗੇ। ਇਸ ਕਰਕੇ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਸਾਡਾ ਜਿਹੜਾ ਮੈਦਾਨ ਨਹੀਂ ਮੱਲ ਸਕਦੀਆਂ, ਅਸੀਂ ਮੈਦਾਨ ਖਾਲੀ ਨਹੀਂ ਛੱਡਣਾ ਚਾਹੁੰਦੇ। ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਬਾਹਰ ਕਢਾਉਣ ਵਾਸਤੇ ਤਨੋ ਮਨੋ ਜ਼ੋਰ ਲਾ ਕੇ ਅਸੀਂ ਆਪਣੇ ਵਾਪਸ ਵਿਦਡਰਾਅ ਕਰਾਂਗੇ ਜਦ ਹੀ ਉਹਨਾਂ ਦੇ ਪਾਸ ਹੋ ਜਾਂਦੇ ਆ, ਇਹ ਸਾਡੀ ਬੇਨਤੀ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਪੇਪਰ ਦਾਖਲ ਕੀਤੇ ਆ ਉਹਨਾਂ ਦਾ ਮਤਲਬ ਇਹ ਹੈ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਚੋਣ ਲੜ ਰਹੇ ਨੇ ਖਡੂਰ ਸਾਹਿਬ ਤੋਂ, ਸਾਡੇ ਬੜੇ ਸਤਿਕਾਰਯੋਗ ਨੇ, ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਤੇ ਆਜ਼ਾਦ ਦੇ ਮਗਰ ਉਹਨਾਂ ਦੇ ਪਰਿਵਾਰ ਦਾ ਕਹਿੰਦੀ ਕੋਈ ਮੈਂਬਰੀ ਭਰ ਸਕਦਾ ਫਾਰਮ ਜਿਹਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਨੇ ਭਰੇ ਆ। ਔਰ ਉਸ ਤੋਂ ਬਾਅਦ ਜਿਹੜੀ ਸਾਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ ਇਹ ਵਚਨ ਕੀਤਾ ਸੀ ਕਿ ਅਸੀਂ ਪੇਪਰ ਦਾਖਲ ਕਰਾਂਗੇ, ਜਦ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਪੇਪਰ ਅਸੈਪਟ ਹੋ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਵਿਦਡਰਾਅ ਕਰਾਂਗੇ। ਸੋ ਉਸੇ ਹੀ ਗੱਲ ਤੇ ਅੱਜ ਵੀ ਅਸੀਂ ਪ੍ਰਚਾਰ ਹੁਣ ਵੀ ਮੀਟਿੰਗਾਂ ਕਰਕੇ ਆਏ ਆ ਭਾਈ ਸਾਹਿਬ ਦੇ ਹੱਕ ਚ, ਤੇ ਅਸੀਂ ਬਿਲਕੁਲ ਉਹਨਾਂ ਦੇ ਪਾਸ ਹੁੰਦਿਆਂ ਸਾਰੇ ਆਪਣੇ ਵਿਦਡਰਾਅ ਕਰਾਂਗੇ। ਇਸ ਕਰਕੇ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਸਾਡਾ ਜਿਹੜਾ ਮੈਦਾਨ ਨਹੀਂ ਮੱਲ ਸਕਦੀਆਂ, ਅਸੀਂ ਮੈਦਾਨ ਖਾਲੀ ਨਹੀਂ ਛੱਡਣਾ ਚਾਹੁੰਦੇ। ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਬਾਹਰ ਕਢਾਉਣ ਵਾਸਤੇ ਤਨੋ ਮਨੋ ਜ਼ੋਰ ਲਾ ਕੇ ਅਸੀਂ ਆਪਣੇ ਵਾਪਸ ਵਿਦਡਰਾਅ ਕਰਾਂਗੇ ਜਦ ਹੀ ਉਹਨਾਂ ਦੇ ਪਾਸ ਹੋ ਜਾਂਦੇ ਆ, ਇਹ ਸਾਡੀ ਬੇਨਤੀ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਪੇਪਰ ਦਾਖਲ ਕੀਤੇ ਆ ਉਹਨਾਂ ਦਾ ਮਤਲਬ ਇਹ ਹੈ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਚੋਣ ਲੜ ਰਹੇ ਨੇ ਖਡੂਰ ਸਾਹਿਬ ਤੋਂ, ਸਾਡੇ ਬੜੇ ਸਤਿਕਾਰਯੋਗ ਨੇ, ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਤੇ ਆਜ਼ਾਦ ਦੇ ਮਗਰ ਉਹਨਾਂ ਦੇ ਪਰਿਵਾਰ ਦਾ ਕਹਿੰਦੀ ਕੋਈ ਮੈਂਬਰੀ ਭਰ ਸਕਦਾ ਫਾਰਮ ਜਿਹਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਨੇ ਭਰੇ ਆ। ਔਰ ਉਸ ਤੋਂ ਬਾਅਦ ਜਿਹੜੀ ਸਾਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ ਇਹ ਵਚਨ ਕੀਤਾ ਸੀ ਕਿ ਅਸੀਂ ਪੇਪਰ ਦਾਖਲ ਕਰਾਂਗੇ, ਜਦ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਪੇਪਰ ਅਸੈਪਟ ਹੋ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਵਿਦਡਰਾਅ ਕਰਾਂਗੇ। ਸੋ ਉਸੇ ਹੀ ਗੱਲ ਤੇ ਅੱਜ ਵੀ ਅਸੀਂ ਪ੍ਰਚਾਰ ਹੁਣ ਵੀ ਮੀਟਿੰਗਾਂ ਕਰਕੇ ਆਏ ਆ ਭਾਈ ਸਾਹਿਬ ਦੇ ਹੱਕ ਚ, ਤੇ ਅਸੀਂ ਬਿਲਕੁਲ ਉਹਨਾਂ ਦੇ ਪਾਸ ਹੁੰਦਿਆਂ ਸਾਰੇ ਆਪਣੇ ਵਿਦਡਰਾਅ ਕਰਾਂਗੇ। ਇਸ ਕਰਕੇ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਸਾਡਾ ਜਿਹੜਾ ਮੈਦਾਨ ਨਹੀਂ ਮੱਲ ਸਕਦੀਆਂ, ਅਸੀਂ ਮੈਦਾਨ ਖਾਲੀ ਨਹੀਂ ਛੱਡਣਾ ਚਾਹੁੰਦੇ। ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਬਾਹਰ ਕਢਾਉਣ ਵਾਸਤੇ ਤਨੋ ਮਨੋ ਜ਼ੋਰ ਲਾ ਕੇ ਅਸੀਂ ਆਪਣੇ ਵਾਪਸ ਵਿਦਡਰਾਅ ਕਰਾਂਗੇ ਜਦ ਹੀ ਉਹਨਾਂ ਦੇ ਪਾਸ ਹੋ ਜਾਂਦੇ ਆ, ਇਹ ਸਾਡੀ ਬੇਨਤੀ।